सुप्रीम कोर्ट ने वीरवार नूं 1984 सिख कतलेआम मामले विच उम्र कैद की सज़ा कट रहे कांग्रेस के साबका पार्षद बलवान खोखर की पटीशन से CBI तो जवाब तलब किया है। खोखर ने कोरोना के चलदियां 8 हफ्ते की अंतरिम जमानत या पैरोल के लिए पटीशन दाखिल की है। चीफ जस्टिस AS बोबड़े और न्यायमूर्ति अनिरुद्ध बोस की पीठ के सामने खोखर के वकील ने दलील दी कि कोरोना के चलदियां अदालतों और सरकार वालों जेलों में भीड़ घट करने के लिए सुझाव दिए गए सन, जिसनों देखते हुए उसनों पैरोल दी जाए। खोखर वालों दाखिल पटीशन में कहा गया कि वह 65 साल सीनियर नागरिक हैं और 6 साल तो जेल में बंद हैं। वह शुगर, ब्लड प्रैशर और जोड़ों के दर्द समेत कई बीमारियों से जूझ रहे हैं। कोरोना का जोखिम वध है, इसलिए वह जीवन बचाने की गुहार लगा रहे ने। पटीशन विच खोखर वालों संविधान के अनुच्छेद 21 नूं लैके अधिकारां दा हवाला दिता गया है। खोखर ने जेल दे सोधे हुए निजम 22-11 दे तहत पैरोल दी गुजारिश कीती है। उसने कहा कि कई बीमारियां नाल ग्रस्त है, इसलिए प्रभावित होने दे चलदे उसकी जान नूं खतरा है। बलवान खोखर वालों पाई इस पटीशन नूं लैके सिख हलकियां विच सवाल उठन लगे हन। सीनियर वकील HS फूलका ने इस नूं लैके तिखे सवाल चुके हन। सिख न्यूज एक्सप्रेस नाल खास तौर ते गलबात करदिआं HS फूलका ने इस नूं गलत ਇਹ ਬਲਵਨ ਖੋਖਰ ਵੀ ਸੱਜਣ ਕੁਮਾਰ ਦੇ ਨਾਲ ਹੀ ਮੁਲਜ਼ਮ ਆ ਤੇ ਬਲਵਨ ਖੋਖਰ ਨੂੰ ਸਜ਼ਾ ਲੋਅਰ ਕੋਰਟ ਤੇ ਹੋ ਗਈ ਸੀ ਔਰ ਉਮਰ ਕੈਦ ਦੀ ਸਜ਼ਾ ਇਹਨੂੰ 7 ਸਾਲ ਤੋਂ ਇਹ ਜੇਲ੍ਹ ਵਿੱਚ ਆ ਤੇ ਸੱਜਣ ਕੁਮਾਰ ਤੇ ਵੀ ਸਜ਼ਾ ਜਦੋਂ ਹੋਈ ਆ ਪਿਛਲੇ ਸਾਲ ਹੋਈ ਆ ਉਸੇ ਕੇਸ ਦੇ ਵਿੱਚ ਹੀ ਸੱਜਣ ਕੁਮਾਰ ਨੂੰ ਹਾਈਕੋਰਟ ਨੇ ਸਜ਼ਾ ਕੀਤੀ ਹੈ ਨਾਲੇ ਬਲਵਨ ਖੋਖਰ ਦੀ ਵੀ ਸਜ਼ਾ ਉਮਰ ਕੈਦ ਦੀ ਕਾਇਮ ਰੱਖੀ ਹੈ ਤੇ ਇਹਨਾਂ ਨੇ ਸਾਰਿਆਂ ਨੇ ਸੁਪਰੀਮ ਕੋਰਟ 'ਚ ਅਪੀਲ ਪਾਈ ਵੀ ਆ ਸੱਜਣ ਕੁਮਾਰ ਨੇ ਵੀ ਤੇ ਬਲਵਨ ਖੋਖਰ ਨੇ ਵੀ ਉਹ ਅਪੀਲ ਇਹਨਾਂ ਦੀ ਪੈਂਡਿੰਗ ਆ ਸੁਪਰੀਮ ਕੋਰਟ ਨੇ ਇਹ ਸਾਰੇ ਕੇਸ ਨੇ ਜਿਹੜੇ ਜੂਨ ਦੇ ਵਿੱਚ ਇਹ ਫਾਈਨਲ ਸੁਣਵਾਈ ਦੇ ਵਾਸਤੇ ਲਗਾਏ ਆ ਸੱਜਣ ਕੁਮਾਰ ਨੇ ਕਈ ਵਾਰੀ ਕੋਸ਼ਿਸ਼ ਕੀਤੀ ਕਿ ਸੱਜਣ ਕੁਮਾਰ ਆਪਣੀ ਬੇਲ ਲੈਣ ਲਈ ਉਹਨੇ ਇਹ ਵੀ ਕਿਹਾ ਕਿ ਜੀ ਮੇਰਾ ਭਾਰ ਬੜਾ ਘੱਟ ਗਿਆ ਸਿਰਫ 54 ਕਿਲੋ ਭਾਰ ਰਹਿ ਗਿਆ ਤੇ ਮੈਨੂੰ ਸ਼ੱਕ ਆ ਕਿ ਕੈਂਸਰ ਆ ਤੇ ਮੈਨੂੰ ਜਮਾਨਤ ਦਿੱਤੀ ਜਾਵੇ ਇਸ ਕਰਕੇ ਪਰ ਸੁਪਰੀਮ ਕੋਰਟ ਨੇ ਉਹ ਅਜੇ ਤੱਕ ਜਮਾਨਤ ਨਹੀਂ ਦਿੱਤੀ ਹੁਣ ਬਲਵਨ ਖੋਖਰ ਨੇ ਪਾਈ ਇਹ ਕਿ ਮੈਨੂੰ ਪਰੋਲ ਦਿੱਤੀ ਜਾਵੇ ਕਿਉਂਕਿ ਮੈਂ ਬੁੱਢਾ ਹਾਂ ਤੇ ਮੇਰਾ ਇਮਿਊਨਿਟੀ ਲੈਵਲ ਬੜਾ ਲੋ ਆ ਕੋਰੋਨਾ ਹੋਣ ਦਾ ਡਰ ਹੈ ਜੇਲ੍ਹ ਵਿੱਚ ਤੇ ਉਹਨੇ ਉਹ ਕੱਲ੍ਹ ਅਰਜੈਂਟ ਹੀਅਰਿੰਗ ਸੁਪਰੀਮ ਕੋਰਟ 'ਚ ਕਰਾਈ ਉਹ ਕੱਲ੍ਹ ਹੀ ਸਾਨੂੰ ਪਰਸੋਂ ਸ਼ਾਮ ਨੂੰ ਹੀ ਪਤਾ ਚੱਲਿਆ ਤੇ ਅਸੀਂ ਜਲਦੀ ਜਲਦੀ ਫਿਰ ਮੈਨੇਜ ਕੀਤਾ ਮੈਂ ਉੱਥੇ ਆਪਣੇ ਪਿੰਡ ਆ ਪੰਜਾਬ ਦੌੜ ਮੈਂ ਇੱਥੋਂ ਹੀ ਪੇਸ਼ ਹੋਇਆ ਉੱਥੇ ਚੀਫ ਜਸਟਿਸ ਦੀ ਕੋਰਟ 'ਚ ਸੁਪਰੀਮ ਕੋਰਟ ਤੇ ਕੱਲ੍ਹ ਸੁਪਰੀਮ ਕੋਰਟ ਨੇ ਉਹਨੂੰ ਕੋਈ ਰਾਹਤ ਨਹੀਂ ਦਿੱਤੀ ਕੱਲ ਕੋਈ ਬੇਲ ਨਹੀਂ ਦਿੱਤੀ ਤੇ ਸਿੰਪਲੀ ਅਰਜਨ ਕਰਤਾ ਕੇਸ ਤੇ ਕਿਹਾ CBI ਨੂੰ ਕਿਹਾ ਤੇ ਨਾਲੇ ਸਾਨੂੰ ਕਿਹਾ ਕਿ ਰਿਪਲਾਈ ਫਾਈਲ ਕਰੋ ਤੇ ਹੁਣ ਬਲਕਿ ਜੇ ਗੇਮ ਹੈ ਸਾਰੀ ਉਹ ਸੱਜਣ ਕੁਮਾਰ ਨੂੰ ਕਿਵੇਂ ਨਾ ਕਿਵੇਂ ਵੀ ਸੱਜਣ ਕੁਮਾਰ ਬਾਹਰ ਆਵੇ ਤੇ ਇਹ ਜੋ ਕੇਸ ਆ ਇਹ ਹੈਗਾ ਦਿੱਲੀ ਕੈਂਟ ਪੁਲਿਸ ਥਾਣੇ ਦਾ ਕੇਸ ਹੈ ਚ 5 ਸਿੱਖਾਂ ਦੇ ਕਤਲ ਦਾ ਕੇਸ ਆ ਤੇ ਇਹਦੇ ਵਿੱਚ ਜੋ ਇਸ ਟਾਈਮ 6 ਬੰਦੇ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਆ ਉਹ ਚ ਸੱਜਣ ਕੁਮਾਰ ਦੇ ਨਾਲ ਇੱਕ ਐਕਸ MLA ਆ ਮਹਿੰਦਰ ਯਾਦਵ ਤੇ ਇਹ ਬਲਵਨ ਖੋਖਰ ਆ ਇਹ ਐਕਸ ਕੌਂਸਲਰ ਆ ਕਾਂਗਰਸ ਦਾ ਇਹ ਸੱਜਣ ਕੁਮਾਰ ਦੇ ਖਾਸ ਬੰਦੇ ਸੀ ਤੇ ਸੱਜਣ ਕੁਮਾਰ ਨੇ ਇਹਨਾਂ ਦੀ ਡਿਊਟੀ ਲਗਾਈ ਵੀ ਸੀ ਅੱਗੇ ਸਾਰਾ ਕਤਲੇਆਮ ਕਰਨ ਦੀ ਤੇ ਇਹ 6 ਬੰਦੇ ਹੁਣ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਆ ਜੂਨ ਦੇ ਵਿੱਚ ਹੁਣ ਇਹ ਕੇਸ ਦੀ ਫਾਈਨਲ ਸੁਣਵਾਈ ਹੋਏਗੀ ਤੇ ਹੁਣ ਇਹ ਜੋ ਇਹਦੀ ਬਲਵਨ ਖੋਖਰ ਦੀ ਜਿਹੜੀ ਐਪਲੀਕੇਸ਼ਨ ਆ ਇੰਟਰਮ ਬੇਲ ਦੇ ਵਾਸਤੇ ਤੇ ਪਰੋਲ ਵਾਸਤੇ ਇਹਦੇ 'ਚ ਹੁਣ ਸੁਪਰੀਮ ਕੋਰਟ ਸੁਣੇਗੀ ਅੱਗੇ ਕੋਈ ਡੇਟ ਨਹੀਂ ਸੁਪਰੀਮ ਕੋਰਟ ਨੇ ਦਿੱਤੀ ਉਹਦੇ ਵਕੀਲ ਨੇ ਕਿਹਾ ਕਿ ਜੀ ਕੋਈ ਡੇਟ ਦਿਓ ਜਲਦੀ ਲਗਾਓ ਪਰ ਉਹਨਾਂ ਨੇ ਕੋਈ ਡੇਟ ਦਿੱਤੀ ਕੋਈ ਐਸਾ ਅਰਜੈਂਟ ਆਰਡਰ ਨਹੀਂ ਪਾਸ ਕੀਤਾ ਕੱਲ ਤੇ ਹੁਣ ਅੱਗੇ ਹੁਣ ਜਿਹੜੀ ਸੁਣਵਾਈ ਹੋਏਗੀ ਉਹਦੇ ਬਾਰੇ ਤੁਹਾਨੂੰ ਜਾਣਕਾਰੀ ਦੇ ਦਿਆਂ। ਅਸਲ ਵਿੱਚ ਅਦਾਲਤ ਨੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਸੁਣਵਾਈ ਕਰਦੇ ਹੋਏ CBI ਵੱਲੋਂ ਪੇਸ਼ ਸੋਲਿਸਿਟਰ ਜਨਰਲ ਤੁਸ਼ਾਰ ਮਹਿਤਾ ਨੂੰ ਜਵਾਬ ਦਾਖਲ ਕਰਨ ਦੇ ਹੁਕਮ ਦਿੱਤੇ ਹਨ। ਮਾਮਲੇ ਵਿੱਚ ਦੰਗਾ ਪੀੜਤਾ ਵੱਲੋਂ ਸੀਨੀਅਰ ਵਕੀਲ HS ਫੂਲਕਾ ਨੇ ਪੈਰਵਾਈ ਕੀਤੀ। ਉਹਨਾਂ ਨੇ ਖੋਖਰ ਦੀ ਜ਼ਮਾਨਤ ਪਟੀਸ਼ਨ ਦਾ ਵਿਰੋਧ ਕੀਤਾ। ਫਿਲਹਾਲ ਖੋਖਰ ਮੌਜੂਦਾ ਵੇਲੇ ਪੰਜਾਬ ਦੇ ਆਪਣੇ ਜੱਦੀ ਪਿੰਡ ਵਿੱਚ ਹੈ ਜਿੱਥੇ ਉਸਦੇ ਪਿਤਾ ਦਾ ਦੇਹਾਂਤ ਤੇ ਸਰਵਉੱਚ ਅਦਾਲਤ ਨੇ 15 ਜਨਵਰੀ ਨੂੰ 4 ਹਫ਼ਤਿਆਂ ਦੀ ਪੈਰੋਲ ਤੇ ਉਸਨੂੰ ਰਿਹਾਅ ਕੀਤਾ ਸੀ। ਖੋਖਰ ਵੱਲੋਂ ਪਟੀਸ਼ਨ ਵਿੱਚ ਇਹ ਵੀ ਦਲੀਲ ਦਿੱਤੀ ਗਈ ਕਿ ਮਾਰਚ ਮਹੀਨੇ ਵਿੱਚ ਜਦੋਂ ਦੇਸ਼ ਵਿੱਚ ਕੋਰੋਨਾ ਫੈਲਣਾ ਸ਼ੁਰੂ ਹੋਇਆ ਸੀ ਤਾਂ ਦਿੱਲੀ ਸਰਕਾਰ ਅਤੇ ਹਾਈਕੋਰਟ ਨੇ ਕਿਹਾ ਸੀ ਕਿ ਮਹਾਮਾਰੀ ਨੂੰ ਫੈਲਣ ਤੋਂ ਰੋਕਣ ਦੇ ਲਈ ਜੇਲ੍ਹ ਨਿਯਮਾਂ ਵਿੱਚ ਸੋਧ ਕਰ ਕੈਦੀਆਂ ਨੂੰ ਪੈਰੋਲ ਦਾ ਵਿਕਲਪ ਪ੍ਰਦਾਨ ਕੀਤਾ ਜਾਵੇਗਾ। ਇੱਥੇ ਇਹ ਵੀ ਜ਼ਿਕਰੇ ਖਾਸ ਹੈ ਕਿ ਖੋਖਰ ਅਤੇ ਕਾਂਗਰਸ ਦੇ ਸਾਬਕਾ ਨੇਤਾ ਸੱਜਣ ਕੁਮਾਰ ਇਸ ਸਮੇਂ ਸਿੱਖ ਕਤਲੇਆਮ ਨਾਲ ਸੰਬੰਧਿਤ ਇੱਕ ਮਾਮਲੇ 'ਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਉਮਰ ਕੈਦ ਦੀ ਸਜ਼ਾ ਕੱਟ ਰਹੇ ਨੇ। ਦੋਵਾਂ ਨੂੰ ਦਿੱਲੀ ਹਾਈਕੋਰਟ ਨੇ 17 ਦਸੰਬਰ 2018 ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਤਾਂ ਗਲੋਬ ਐਡਵਾਈਸ ਓਵਰਸੀਜ਼ ਐਜੂਕੇਸ਼ਨ ਅਤੇ ਇਮੀਗ੍ਰੇਸ਼ਨ ਕੰਪਨੀ ਹੈਗੀ ਹੈ, ਸਾਨੂੰ 35 ਸਾਲ ਦਾ ਐਕਸਪੀਰੀਅੰਸ ਹੈ। ਅਸੀਂ ਬੱਚਿਆਂ ਨੂੰ ਉਹਨਾਂ ਦੇ ਪ੍ਰੋਗਰਾਮ ਸਿਲੈਕਸ਼ਨ ਅਤੇ ਸਕੋਲਰਸ਼ਿਪਸ ਵਿੱਚ ਹੈਲਪ ਕਰਦੇ ਹਾਂ। ਅਸੀਂ ਬੱਚਿਆਂ ਨੂੰ ਅਪ ਟੂ 50 ਲੱਖ ਤੱਕ ਸਕੋਲਰਸ਼ਿਪਸ ਲੈ ਕੇ ਦਿੱਤੀਆਂ ਹੋਈਆਂ ਨੇ।
ਅਸੀਂ ਤੇ ਬੱਚਿਆਂ ਦੇ ਵੀਜ਼ਾ ਐਲ ਓ ਆਰਸ ਐਸ ਓ ਪੀ 'ਚ ਹੈਲਪ ਕਰਨੇ ਆ ਅਤੇ ਪੋਸਟ ਲੈਂਡਿੰਗ ਸਰਵਿਸਿਜ਼ ਵਿੱਚ ਏਅਰਪੋਰਟ ਪਿਕਅਪ ਅਤੇ ਉਹਨਾਂ ਦੀ ਟੈਂਪਰੇਰੀ ਅਕੋਮੋਡੇਸ਼ਨ ਦਾ ਇੰਤਜ਼ਾਮ ਵੀ ਕਰਨੇ ਹਾਂ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ।